ਲਾ ਫੜਿਆ ਹੋਇਆ ਗੁੱਟ ਹੈ ਤੇ ਅੰਕ ਇਹ ਆ ਗੁੰਮਰ ਸਰ ਦੀ ਟੀਮ ਤੇ ਗਿਆ ਸੀ ਹੈ ਕਬੱਡੀ 72 ਕਿਲੋ ਭਾਰ ਵਰਗ ਦੀਆਂ ਟੀਮਾਂ ਧਿਆਨ ਦੇਣਾ ਵੀ ਜਲਦੀ ਆਪਦੀ ਐਂਟਰੀ ਵੀ ਜਮ੍ਹਾਂ ਕਰਾ ਦੇਣਾ ਕਬੱਡੀ 72 ਕਿਲੋ ਭਾਰ ਵਰਗ ਦੀਆਂ ਟੀਮਾਂ ਲਾ ਉਧਰਲੇ ਪਾਸੇ ਇਹ ਆ ਤੁੰਗ ਵਾਲੀ ਪਿੰਡ ਦਾ ਨੌਜਵਾਨ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਉੱਧਰ ਦੇਖਾਂਗੇ ਲਾਬੀ ਇੱਕ ਸਾਡਾ ਵੀਰ ਲਾਬੀ ਕਿਹੜਾ ਉਹਦੇ ਕਹਿੰਦੇ ਨਿੰਮੇ ਦੇ ਲਈ 50 ਰੁਪਏ ਪੁੱਜੇ ਹੈ ਸਾਡੇ ਮੁੱਖ ਮਹਿਮਾਨ ਲਖਵਿੰਦਰ ਸਿੰਘ ਜੀ ਗੱਗੀ 71,000 ਸਾਡੇ ਕਲੱਬ ਨੂੰ ਸਹਾਇਤਾ ਭੇਜਦੇ ਨੇ ਲਖਵਿੰਦਰ ਗੱਗੀ ਜੀ ਤੇ ਉਹਨਾਂ ਦੇ ਨਾਲ ਪੂਰੀ ਟੀਮ ਗਗਨਾ ਸੀਰਾ ਦੀਪਾ ਡੱਗਾ ਸਾਡੇ ਪਾਲ ਸਿੰਘ ਜੀ ਡੱਗਾ ਸਾਹਿਬ ਉਹਨਾਂ ਦੇ ਭਤੀਜਾ ਰਣਦੀਪ ਸੁੱਖਾ ਜੀ ਕਲੱਬ ਮੈਂਬਰ ਤੇ ਨੈਬੂ ਸਟੂਡੀਓ 71,000 ਰੁਪਏ ਸਾਡੇ ਕਲੱਬ ਨੂੰ ਸਹਾਇਤਾ ਭੇਜਦੇ ਨੇ ਲਖਵਿੰਦਰ ਗੱਗੀ ਜੀ ਗਗਨਾ ਸੀਰਾ ਦੀਪਾ ਡੱਗਾ ਰਣਦੀਪ ਸੁੱਖਾ ਤੇ ਨੈਬੂ ਸਟੂਡੀਓ ਮੈਂ ਧੰਨਵਾਦ ਕਰਦਾ ਜੀ ਸਾਡੇ ਮਹਿਮਾਨਾਂ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਵੱਧ ਚੜ੍ਹ ਕੇ ਦਾਣ ਭੇਜਿਆ ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਕਮਾਈਆਂ ਵਿੱਚ ਬਰਕਤ ਪਾਵੇ ਉੱਧਰ ਬੂਟਾ ਸਿੰਘ ਖਾਲਸਾ 100 ਰੁਪਇਆ ਗੁੰਮੜਸਰ ਦੀ ਟੀਮ ਦੇ ਲਈ ਭੇਜਦੇ ਹੈ ਕਿਉਂਕਿ ਗੁੰਮੜਸਰ ਦੇ ਸੰਤ ਬਾਬਾ ਮੋਹਨ ਸਿੰਘ ਜੀ ਉਹ ਜਿਹੜਾ ਵਿਸਾਖੀ ਦੇ ਦਿਹਾੜੇ ਦੇ ਉੱਤੇ ਲੰਗਰ ਲਾਉਂਦੇ ਹੈ ਤੇ ਉੱਥੋਂ ਸੇਵਾ ਕਰਦੇ ਹੈ ਤੇ ਬੂਟਾ ਸਿੰਘ ਜੀ ਖਾਲਸਾ ਗੁੰਮੜਸਰ ਦੀ ਟੀਮ ਦੇ ਲਈ ਇੱਕ 100 ਰੁਪਇਆ ਭੇਜਦੇ ਹੈ ਉੱਧਰ ਸਾਡੀਆਂ ਆਈਆਂ ਹੋਈਆਂ ਸਤਿਕਾਰਯੋਗ ਸ਼ਖਸੀਅਤਾਂ ਜਿਹਨਾਂ ਨੇ ਵੱਡੇ ਯੋਗਦਾਨ ਪਾਏ ਹੈ ਇਸ ਕਬੱਡੀ ਕੱਪ ਦੇ ਲਈ ਬਾਈ ਲਖਵਿੰਦਰ ਗੱਗੀ ਨੈਬ ਸਟੂਡੀਓ ਸਾਰੇ ਭਰਾਵਾਂ ਦਾ ਤਹਿ ਦਿਲ ਧੰਨਵਾਦ ਕਰਦੀ ਹੈ ਲਾਬੀ ਗੜਾ ਜੀ ਇਹ ਨਿੰਮੇ ਦੇ ਲਈ 50 ਰੁਪਏ ਭੇਜਦੇ ਹੈ ਤੇ ਚੱਲ ਮੁੰਡੀ ਆਪਾਂ ਕਬੱਡੀ ਉੱਧਰ ਗੁਰਪ੍ਰੀਤ ਸਾਡੇ ਵੀਰ ਜਿਹੜੇ ਐਂਟਰੀ ਕਮੇਟੀ ਦੇ ਐਂਟਰੀ ਵਾਲੇ ਵੀਰ ਹੈ ਉਹਨਾਂ ਦਾ ਵੀ ਤਹਿ ਦਿਲ ਧੰਨਵਾਦ ਕਰਦੀ ਹੈ ਲਾਦੂਲੇ ਪਾਸੀ ਮੁੰਡਾ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਉੱਧਰ ਤਿੰਨੇ ਯਾਪੀ ਹੈ ਲਾਦੂ ਵਾਸ ਦੀ ਟੀਮ ਦੇ ਹੈ ਕਿ ਮੁੰਡੇ ਕਬੱਡੀ ਖੇਡਣ ਬਈ ਖੇਡਣ ਵਿੱਚ ਖਾੜਿਆਂ ਆ ਕੇ ਚਿਹਰੇ ਤੱਕਦੇ ਸ਼ੇਰਾਂ ਦੇ ਰੱਖਦੇ ਡੌੜਿਆਂ ਨੂੰ ਲਿਸ਼ਕਾ ਕੇ ਦੁਨੀਆ ਪਹੁੰਚੀ ਜਾਂਦੀ ਹੈ ਦੂਰੋਂ ਨੇੜੇ ਹੁੰਮ ਹਮਾ ਕੇ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਸਿੰਘ ਫਸ ਕੇ ਕੁੰਡੀਆਂ ਦੀ ਮਿੱਤਰਾ ਬਹਿ ਜਾ ਗੋਡੀ ਲਾ ਕੇ ਲਾ ਕੁੰਡੀਆਂ ਦੇ ਸਿੰਘ ਫਸੇ ਹੈ ਤੇ ਮੈਚ ਪੂਰਾ ਸਿਰੇ ਦਾ ਖੇਡਿਆ ਜਾ ਰਿਹਾ ਦੋਨੋਂ ਟੀਮਾਂ ਦਾ ਲਾ ਉਤਲੇ ਪਾਸੇ ਮੁੰਡਾ ਪਾ ਕਬੱਡੀ ਅੰਕ ਆਪਣੀ ਟੀਮ ਦੇ ਹਾਸੇ ਜੋੜਦਾ ਹੋਇਆ ਤੇ ਚੱਲ ਮੁੰਡਿਆ ਪਾ ਕਬੱਡੀ ਨੌਜਵਾਨ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸਰਦੂਲਗੜ੍ਹ ਮੇਰੀ ਵੀਰੋ ਅੱਜ ਸੰਧੂ ਭਰਾਵਾਂ ਦਾ ਮੇਲ ਹੈ ਤੇ ਆਪਾਂ ਸਾਰੇ ਕਲੱਬ ਨੂੰ ਮੁਬਾਰਕਾਂ ਦਿੰਦੇ ਹਾਂ ਜਿਨ੍ਹਾਂ ਨੇ ਰਲ ਮਿਲ ਕੇ ਮੇਰੇ ਵੀਰੋ ਕਬੱਡੀ ਕੱਪ ਕਰਵਾਇਆ ਕਿ ਸਾਡੇ ਦਿਲ ਤੇ ਭਗਤ ਸਿੰਘ ਲਿਖਿਆ ਤੇ ਕਾਗਜ਼ਾਂ ਦੀ ਲੋੜ ਕੋਈ ਨਾ ਸਾਡੇ ਦਿਲ ਤੇ ਭਗਤ ਸਿੰਘ ਲਿਖਿਆ ਤੇ ਕਾਗਜ਼ਾਂ ਦੀ ਲੋੜ ਕੋਈ ਨਾ ਤੇ ਚੱਲ ਮੁੰਡੇ ਆਪਾਂ ਕਬੱਡੀ ਬਰਾਗਲੀ ਕਬੱਡੀ ਲਾਦੂ ਵਾਸ ਪਿੰਡ ਦਾ ਨੌਜਵਾਨ ਕਬੱਡੀ ਪਾ ਰਿਹਾ ਤੇ ਚੱਲ ਮੁੰਡੇ ਆਪਾਂ ਕਬੱਡੀ ਉੱਧਰ ਸਾਡੇ ਚਾਨਣ ਸਿੰਘ ਜੀ ਕਲੱਬ ਦੇ ਪ੍ਰਧਾਨੀ ਬਾਈ ਗਰਿਆਂਟ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਬਾਈ ਗੁਰਲਾਭ ਸੰਧੂ ਜੀ ਬਾਈ ਕੁਲਵਿੰਦਰ ਸਿੰਘ ਜੀ ਬੱਲਾ ਬੱਲਾ ਸਾਬਕਾ ਪ੍ਰਧਾਨੀ ਬਾਈ ਮਨਜੀਤ ਵਰਗਾਂ ਦੇ ਬਾਈ ਬਾਬਰ ਰਾਜੂ ਗੋਰਾ ਸੀਰਾ ਬਿੰਦੀ ਕਾਲਾ ਸਾਰੇ ਭਰਾਵਾਂ ਦੀ ਆਪਾਂ ਤਹਿ ਦਿਲ ਧੰਨਵਾਦ ਕਰਦੀ ਹੈ ਤੇ ਚੱਲ ਮੁੰਡੀ ਆਪਾਂ ਕਬੱਡੀ ਬਰਾਗਲੀ ਕਬੱਡੀ ਪਾਊਗਾ ਬਾਈ ਲਖਵਿੰਦਰ ਗਾਗੀ ਜੀ 71,000 ਰੁਪਇਆ ਤੇ ਨਾਲ ਬਾਈ ਗਗਨਾ ਤੇ ਨਾਲ ਬਾਈ ਸੀਰਾ ਤੇ ਨਾਲ ਬਾਈ ਦੀਪਾ ਰਣਦੀਪ ਸੁੱਖਾ ਤੇ ਨੈਬੂ ਸਟੂਡੀਓ ਇਹਨਾਂ ਵੀਰਾਂ ਦੇ ਆਪਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੱਡੇ ਯੋਗਦਾਨ ਹੈ 71,000 ਰੁਪਇਆ ਇਸ ਕਬੱਡੀ ਕੱਪ ਦੇ ਲਈ ਭੇਜਿਆ ਜਿਹੜਾ ਮੈਚ ਸਮਾਪਤ ਮੈਚ ਹੋ ਗਿਆ ਸਮਾਪਤ ਲਾਦੂ ਵਾਸ ਦੇ ਪੁਆਇੰਟ 19 ਤੇ 24.5 ਗੁੰਮੜਸਰ ਦੇ ਹੈ ਤੇ ਗੁੰਮੜਸਰ ਦੀ ਟੀਮ ਇਸ ਮੁਕਾਬਲੇ ਦੀ ਜੇਤੂ ਟੀਮ ਹੈ ਲੈ ਵੀ ਦੋਨੋਂ ਟੀਮਾਂ ਆ ਗੁੰਮੜਸਰ ਦੀ ਟੀਮ ਆਪਣਾ ਪ੍ਰਾਈਜ਼ ਲੈ ਜਾਵੇ
ਰਾਣੀਆਂ ਤੇ ਬਾਲੇਮਲੀ ਦੀਆਂ ਟੀਮਾਂ, ਬਾਲੇਮਲੀ ਆ ਗਈ ਹੈ ਤੇ ਰਾਣੀਆਂ ਦੀ ਟੀਮ ਜਲਦੀ ਪੁੱਜਾ ਵੀ ਰਾਣੀਆਂ ਦੀ ਟੀਮ, ਰਾਣੀਆਂ ਦੀ ਟੀਮ ਜਲਦੀ ਪੁੱਜਾ ਵੀ ਉੱਧਰ ਬਿੱਲ ਆਨੰਦਗੜ੍ਹ ਵਾਲਾ ਕਬੱਡੀ ਖਿਡਾਰੀ ਉਹਨਾਂ ਨੂੰ ਬੂਟਾ ਸਿੰਘ ਖਾਲਸਾ ਇਹਨਾਂ ਨੇ ਆਪਣੀ ਕਣੀਆਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨਾ ਹੈ। ਬਿੱਲ ਆਨੰਦਗੜ੍ਹ ਵਾਲਾ ਕਬੱਡੀ ਖਿਡਾਰੀ ਟੀਮ ਰਾਣੀਆਂ ਦੀ ਉੱਧਰ ਰੋੜਕੀ ਵਾਲਾ ਸੰਦੀਪ ਜਿਹੜਾ ਸਰਦੂਲਗੜ੍ਹ ਦੀ ਟੀਮ ਦੇ ਲਈ ਉੱਪਰ ਖੇਡਦਾ ਹੈ ਉਹਦਾ ਵੀ ਅੱਜ ਵਿਸ਼ੇਸ਼ ਤੌਰ 'ਤੇ ਜਿਹੜਾ ਕਈ ਖਿਡਾਰੀਆਂ ਦੀ ਜਿਹੜੇ ਸਨਮਾਨਿਤ ਕੀਤੇ ਜਾਣੇ ਹੈ। ਅਤੇ ਹੁਣ ਮੈਚ 'ਚ ਟੀਮ ਰਾਣੀਆਂ ਦਾ ਖੇਡਿਆ ਜਾਣਾ, ਬਾਲਿਆਂਬਲ ਦੀ ਟੀਮ ਦੇ ਨਾਲ ਮੈਚ ਖੇਡਿਆ ਜਾਣਾ। ਉੱਧਰ ਪੂਰੀ ਕਲੱਬ ਦਾ ਆਪਾਂ ਤਹਿ ਦਿਲ ਧੰਨਵਾਦ ਕਰਦੇ ਹਾਂ ਇਹਨਾਂ ਨੇ ਵੱਡੇ ਉਪਰਾਲਾ ਕਰਕੇ ਮੇਰੀ ਵੀਰੋ ਕਬੱਡੀ ਕੱਪ ਕਰਵਾਇਆ ਕਿ ਰਾਜਗੁਰੂ ਸੁਖਦੀਪ ਸਰਾਭੇ ਉੱਦਮ ਦਾ ਕੀ ਕਹਿਣਾ, ਭਗਤ ਸਿੰਘ ਨੇ ਸਦਾ ਲਈ ਫਿਰ 23 ਸਾਲ ਦੇ ਰਹਿਣਾ, ਲੋਕੀ ਨਾਮ ਸ਼ਹੀਦਾਂ ਦਾ ਸੁੱਚੇ ਮੂੰਹ ਨਾਲ ਲੈਂਦੇ ਨੇ, ਮਿਟ ਜਾਂਦੀ ਜੋ ਦੇਸ਼ ਲਈ ਉਹ ਸਦਾ ਜਿਉਂਦੇ ਰਹਿੰਦੇ ਨੇ, ਉਹ ਸਦਾ ਜਿਉਂਦੇ ਰਹਿੰਦੇ ਨੇ। ਅੱਜ ਉਹਨਾਂ ਦੀ ਯਾਦ ਨੂੰ ਹੈਲੋ ਇੱਕ ਮਿੰਟ ਜੀ, ਮਿਸਤਰੀ ਕਮਲੇਸ਼ ਫਾਗੂ ਜੀ, ਮਿਸਤਰੀ ਕਮਲੇਸ਼ ਫਾਗੂ 3100 ਰੁਪਏ ਸਾਡੇ ਕਲੱਬ ਨੂੰ ਸਹਾਇਤਾ ਭੇਜਦੇ ਨੇ। ਬਲਵਿੰਦਰ ਸਿੰਘ ਜੀ ਮਾਖਾ ਕੈਨੇਡਾ, ਬਲਵਿੰਦਰ ਸਿੰਘ ਜੀ ਮਾਖਾ ਕੈਨੇਡਾ 11000 ਰੁਪਏ ਸਾਡੇ ਕਲੱਬ ਨੂੰ ਸਹਾਇਤਾ ਭੇਜਦੇ ਨੇ। ਰਾਜ ਕੁਮਾਰ ਜੀ ਐਕਸ ਐਮ ਸੀ ਸਾਹਿਬ 15000 ਰੁਪਈਆ ਸਾਡੇ ਕਲੱਬ ਨੂੰ ਸਹਾਇਤਾ ਭੇਜਦੇ ਨੇ। ਪਰਮਜੀਤ ਪੰਮੀ ਜੀ ਪ੍ਰੋਪਰਟੀ ਡੀਲਰ 2100 ਰੁਪਏ ਕਲੱਬ ਨੂੰ ਸਹਾਇਤਾ ਭੇਜਦੇ ਨੇ। ਅਮਰੀਕ ਸਿੰਘ ਜੀ ਸੰਧੂ ਆਸਟ੍ਰੇਲੀਆ, ਉਹਨਾਂ ਦੇ ਵੱਡੇ ਭਾਈ ਸਾਹਿਬ ਗੁਰਤੇਜ ਸਿੰਘ ਜੀ 11000 ਰੁਪਏ ਸਾਡੇ ਕਲੱਬ ਨੂੰ ਸਹਾਇਤਾ ਭੇਜਦੇ ਨੇ। ਮੈਂ ਉਹਨਾਂ ਦਾ ਆਪਣੇ ਅਤੇ ਕਲੱਬ ਦੀ ਤਰਫੋਂ ਧੰਨਵਾਦ ਕਰਦਾ ਜੀ। ਅਮਰੀਕ ਸਿੰਘ ਜੀ ਆਸਟ੍ਰੇਲੀਆ, ਪਰਮਜੀਤ ਜੀ ਪੰਮੀ, ਰਾਜ ਕੁਮਾਰ ਜੀ ਐਕਸ ਐਮ ਸੀ, ਬਲਵਿੰਦਰ ਸਿੰਘ ਜੀ ਮਾਖਾ ਅਤੇ ਮਿਸਤਰੀ ਕਮਲੇਸ਼ ਫਾਗੂ ਜੀ। ਹਾਂਜੀ, ਸਾਡਾ ਸੇਵਾਦਾਰ ਕੂਕੀ ਜੋ ਦੁੱਧ ਦੀ ਸੇਵਾ ਕਰਦਾ ਸਾਡੇ ਦਰਮਿਆਨ ਪਹੁੰਚਿਆ ਦੁੱਧ ਲੈ ਕੇ, ਉਹਦਾ ਧੰਨਵਾਦ ਕਰਦੇ ਜੀ ਕੂਕੀ ਜੀ ਦਾ। ਨੈਬਾ ਪ੍ਰੇਮੀ ਜੀ 1100 ਰੁਪਈਆ ਇਸ ਟੂਰਨਾਮੈਂਟ ਦੇ ਲਈ ਭੇਜਿਆ। ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਹੱਤਰ ਕਿਲੋ ਭਾਰ ਵਰਗ ਦੀਆਂ ਟੀਮਾਂ ਦੇ ਲਈ ਸਿਰਫ 5 ਮਿੰਟ ਦਾ ਸਮਾਂ, 72 ਕਿਲੋ ਭਾਰ ਵਰਗ ਦੀਆਂ। ਤੇ ਨਾਲ ਹੀ ਜੇਕਰ ਉੱਧਰ ਕੁੱਕੀ ਸੰਧੂ ਦੁੱਧ ਲੈ ਕੇ ਆਇਆ ਸੇਵਾਦਾਰ, ਬਹੁਤ ਬਹੁਤ ਧੰਨਵਾਦ ਹੈ ਜਿਹੜਾ ਸੇਵਾ ਕਰਦਾ ਹੈ ਕੁੱਕੀ ਸੰਧੂ। 22-72 ਦੀਆਂ ਜੇ 16 ਟੀਮਾਂ ਹੁੰਦੀਆਂ ਤਾਂ ਅਸੀਂ ਮੈਚ ਕਰਾਵਾਂਗੇ, ਨਹੀਂ ਕੈਂਸਲ ਕਰਾਂਗੇ। ਟੀਮਾਂ ਨੂੰ ਬੇਨਤੀ ਹੈ ਬਈ ਆਪਦੀ ਐਂਟਰੀ ਕਰਾ ਦੇਣ। ਹਾਂਜੀ, ਸਾਡੇ ਕਲੱਬ ਦੇ ਰਣਦੀਪ ਸੁੱਖਾ, ਉਹਨਾਂ ਦੇ ਭਾਈ ਸਾਹਿਬ ਨੈਬਾ ਪ੍ਰੇਮੀ, ਉਹਨਾਂ ਨੂੰ ਬੇਨਤੀ ਵੀ ਸਟੇਜ 'ਤੇ ਪਹੁੰਚਣ ਦੀ ਕਿਰਪਾਲਤਾ ਕਰੇ। 1100 ਰੁਪਏ ਸਾਡੇ ਕਲੱਬ ਨੂੰ ਸਹਾਇਤਾ ਭੇਜੀ ਨੈਬਾ ਪ੍ਰੇਮੀ ਜੀ। ਜਿਹੜੀ ਟੀਮ ਆਧਰਲੇ ਪਾਸੇ ਆ ਗਈ ਹੈ, ਸ਼ਹਿਰ ਵਾਲੀ ਸ਼ਹਿਰ ਬਾਲਿਆਂਬਲ ਦੀ ਟੀਮ ਹੈ, ਅਤੇ ਦੂਜੇ ਪਾਸੇ ਜਿਹੜੀ ਟੀਮ ਹੈ ਇਹ ਟੀਮ ਰਾਣੀਆਂ ਦੀ ਟੀਮ ਹੈ। ਮੈਚ ਖੇਡਿਆ ਜਾਣਾ, ਪੂਰਾ ਸਰੀਰ ਦਾ ਖੇਡਿਆ ਜਾਣਾ।
ਤੇ ਨਾਲ 72 ਕਿਲੋ ਭਾਰ ਵਰਗ ਦੀਆਂ ਟੀਮਾਂ ਆਪਦੀ ਐਂਟਰੀ ਵੀ ਜਲਦੀ ਜਮ੍ਹਾਂ ਕਰਾ ਦੇਣਾ। ਕਬੱਡੀ 72 ਕਿਲੋ ਭਾਰ ਵਰਗ ਦੀਆਂ ਟੀਮਾਂ ਲਾਦੂਲੇ ਪਾਸੇ ਮੁੰਡਾ ਖੇਡ ਮੈਦਾਨ ਦੇ ਵਿੱਚ ਹੀ ਹੈ। ਨਾਗੋ ਕੀ ਪਿੰਡ ਦਾ ਪ੍ਰਵੀਨ ਕਬੱਡੀ ਪਾ ਰਿਹਾ, ਉੱਧਰ ਬਾਲਿਆਂ ਵਾਲੀ ਪਿੰਡ ਦਾ ਬਿੱਟੂ ਹੈ ਪਰ ਅੰਕ ਆਸਮੀ ਰੇਡਰ ਦਾ ਤੇ ਚੱਲ ਅਗਲੀ ਕਬੱਡੀ ਹੈ। ਖਿਆਲਾ ਪਿੰਡ ਹੈ, ਨੈਬੀ 9 ਹੈ, ਆਸਮੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੀ ਹੈ ਨੈਬੀ। ਲਾਦੂਲੇ ਪਾਸੀ ਮੁੰਡਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਇਹ ਹੈ ਗੁਰੂ ਦਾ ਖਾਲਸਾ ਰਾਣੀਆਂ ਵਾਲੀ ਦੀ ਕਬੱਡੀ ਹੈ, ਉੱਧਰ 4 ਯਾਪੀ ਹੈ ਤੇ ਕਿਹੜਾ ਨੌਜਵਾਨ ਯਾਪਾ ਲਾਊਗਾ ਇਸ ਵੀ ਪਈ ਹੋਈ ਕਬੱਡੀ ਹੈ। ਉੱਧਰਲੇ ਪਾਸੇ ਹੈ ਬਿੱਟੂ ਬਾਲਿਆਂ ਵਾਲੀ ਪਿੰਡ ਦਾ ਮੇਰੀ ਵੀਰੋ ਖੇਡ ਮੈਦਾਨ ਦੇ ਵਿੱਚ ਐਨ ਸਰੀਰ ਦਾ ਯਾਪਾ ਲਾਉਂਦਾ ਹੋਇਆ ਬਾਲਿਆਂ ਵਾਲੀ ਪਿੰਡ ਮੇਰੀ ਵੀਰੋ ਸੀਰੇ ਦਾ ਪਿੰਡ ਹੈ। ਇਸ ਵੀ ਦੇਖਾਂਗੀ ਨੌਜਵਾਨ ਖੇਡ ਮੈਦਾਨ ਦੇ ਵਿੱਚ ਇਹ ਬਿੱਟੂ ਬਾਲਿਆਂ ਵਾਲੀ ਪਿੰਡ ਦਾ ਇੱਕ ਦੁਗਾਲ ਵਾਲਾ ਬਿੱਟੂ ਹੀ ਨੇ ਬੱਦੋਵਾਲ ਦੀ ਕਬੱਡੀ ਕੱਪ ਤੋਂ ਗੱਡੀ ਜਿੱਤ ਕੇ ਪੰਜਾਬ ਦੇ ਵਿੱਚ ਬੱਲੇ ਬੱਲੇ ਕਰਵਾਤੀ। ਲਾਦੂਲੇ ਪਾਸੇ ਹੈ ਪੱਪੂ ਕਬੱਡੀ ਪਾ ਰਿਹਾ, ਉੱਧਰ 3 ਯਾਫੀ ਹੈ ਰਾਣੀਆਂ ਪਿੰਡ ਦੇ ਹੈ ਤੇ ਥਾਪੀਆਂ ਮਾਰਦੇ ਹੈ ਤੇ ਕਿਹੜਾ ਨੌਜਵਾਨ ਯਾਫਾ ਲਾਊਗਾ ਇਸ ਵੀ ਇਹ ਹੈ ਪੱਪੂ ਮੇਰੀ ਵੀਰੋ ਪਾ ਕਬੱਡੀ ਤੇ ਅੰਕ ਆਪਣੀ ਟੀਮ ਦੀ ਐਸੀ ਜੋੜ ਪਾਉਂਦੇ ਹੈ। ਬਹੱਤਰ ਦੀਆਂ ਟੀਮਾਂ ਦੇ ਲਈ 5 ਮਿੰਟ ਦਾ ਸਮਾਂ, ਟੀਮਾਂ ਧਿਆਨ ਦੇਣ। ਕਬੱਡੀ 72 ਕਿਲੋ ਦੀਆਂ। ਲਾਦੂਲੇ ਪਾਸੇ ਨਾਗੋ ਕੀ ਪਿੰਡ ਦਾ ਗੱਭਰੂ ਅਸਮੀ ਪ੍ਰਵੀਨ ਕਬੱਡੀ ਪਾ ਰਿਹਾ, ਉੱਧਰਲੇ ਪਾਸੇ ਹੈ ਬਿੱਟੂ ਬਾਲਿਆਂ ਵਾਲੀ ਪਿੰਡ ਦਾ ਤੇ ਉੱਚਾ ਲੰਮਾ ਕੱਦ ਹੈ ਤੇ ਇੱਕ ਪਾਸੇ ਨਾਗੋ ਕੀ ਵਾਲਾ ਪ੍ਰਵੀਨ ਹੈ। ਉੱਧਰਲੇ ਪਾਸੇ ਲੱਗਦਾ ਹੋਇਆ ਇਹ ਸਰੀਰ ਦਾ ਯਾਫਾ ਤੇ ਮੁੰਡਾ ਬਿੱਟੂ ਹੈ ਤੇ ਚੱਲ ਮੁੰਡੇ ਪਾ ਕਬੱਡੀ ਫਰਾਗਲੀ ਕਬੱਡੀ ਪਾਊਗਾ। ਇਹ ਨੈਬੀ ਕਿਆਰੀ ਆਰੀ ਆਰੀ ਉਹ ਖੇਡ ਕਿਹੜੀ ਮੁੰਡਿਓ ਜਿਹੜੀ ਸਾਰੀਆਂ ਖੇਡਾਂ ਤੋਂ ਨਿਆਰੀ, ਉਹਨੂੰ ਹੈ ਕਬੱਡੀ ਆਖਦੇ। ਜਿਹਦੀ ਚੱਲਦੀ ਹੈ ਗੇਮਾਂ ਵਿੱਚ ਸਰਦਾਰੀ, ਉਹਨੂੰ ਹੈ ਕਬੱਡੀ ਆਖਦੇ। ਬਾਕੀ ਗੇਮਾਂ ਦੇ ਵਿੱਚ ਸਰਦਾਰੀ ਚੱਲਦੀ ਹੈ, ਮਾਂ ਖੇਡ ਕਬੱਡੀ ਦੀ। ਸੇਵਕੀ ਤੇ ਗੋਰਾ ਉਹ ਆਪਣੇ ਬੇਡ ਕਮਰੇ ਦੇ ਵਿੱਚ ਚਲੇ ਜਾਣ, ਸੇਵਕੀ ਤੇ ਗੋਰਾ। ਲਾਦੂਲੇ ਪਾਸੇ ਫੌਜੀ ਭੈਣੀ ਵਾਲੇ ਦਾ ਫੈਸਲਾ ਹੈ ਤੇ ਅੰਕ ਕ੍ਰਿਕਟਰ ਦਾ। ਉੱਧਰ ਮਣੀ ਧੂੜ ਤੇ ਨਾਲ ਸਾਡਾ ਵੀਰ ਸੂਬਾ ਤੇ ਨਾਲ ਸਤਪਾਲ ਕੱਦੂ ਭੰਮੀ ਕਲਾਂ ਤੇ ਨਾਲ ਸੀਰਪ ਪਾਲ ਜੀ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ। ਦਰਸ਼ਨ ਚੱਕਰਾ ਰੂੜੀ ਕੇਮਲਾ ਪੁੱਜਿਆ। ਲਾਦੂਲੇ ਪਾਸੇ ਨੌਜਵਾਨ ਦੀ ਪਈ ਹੋਈ ਕਬੱਡੀ ਹੈ ਕਿ ਬਾਜਾਂ ਬਾਲਿਆ ਆਨੰਦਪੁਰ ਛੱਡ ਦਿੱਤਾ ਤੇ ਬਾਜ ਕਿਸੇ ਪਾਸੇ ਘੋੜਾ ਕਿਸੇ ਪਾਸੇ ਦੇਸ਼ ਕੌਮ ਦੇ ਲਈ ਖੂਨ ਡੋਲਿਆ ਬਹੁਤ ਸਾਰਾ, ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ। ਚਾਰ ਪੁੱਤ ਸਨ ਬਖਸ਼ੇ ਪਰਮਾਤਮਾ ਨੇ, ਉਹ ਵੀ ਦੇਸ਼ ਉੱਤੋਂ ਵਾਰ ਦਿੱਤੇ। ਜੋੜਾ ਕਿਸੇ ਪਾਸੇ ਤੇ ਜੋੜਾ ਕਿਸੇ ਪਾਸੇ, ਆਪ ਆ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਸੌ ਗਿਆ। ਕਲਗੀ ਕਿਸੇ ਪਾਸੇ ਤੇ ਘੋੜਾ ਕਿਸੇ ਪਾਸੇ। ਲਾਦੂਲੇ ਪਾਸੇ ਅੰਕ ਯਾਪੀ ਦਾ, ਅੱਜ ਬਾਜਾਂ ਵਾਲਿਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਤੇ ਚੱਲ ਇਹ ਨਾਗੋ ਕੀ ਪਿੰਡ ਦਾ ਪ੍ਰਵੀਨ ਅੱਜ ਸਰਦੂਲਗੜ੍ਹ ਦੇ ਵਿੱਚ ਰੌਣਕਾਂ ਲੱਗੀਆਂ। ਬਹੱਤਰ ਦੀਆਂ ਟੀਮਾਂ ਦੇ ਲਈ 5 ਮਿੰਟ ਦਾ ਸਮਾਂ, ਕਬੱਡੀ 72 ਕਿਲੋ ਭਾਰ ਵਰਗ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਜਲਦੀ ਆਪਦੀ ਐਂਟਰੀ ਵੀ ਜਮ੍ਹਾਂ ਕਰਾ ਦੇਣਾ। ਹੁਣ ਕਹਿੰਦੇ ਪੰਜਾਬ ਦੇ ਵਿੱਚ ਹੜ੍ਹ ਆਇਆ ਹੋਇਆ, ਕਹਿੰਦੇ ਕਬੱਡੀ ਕੱਪਾਂ ਦਾ ਇੱਕ ਇੱਕ ਦਿਨ ਦੇ ਮੇਰੇ ਵੀਰੋ 10-10 15-15 ਟੂਰਨਾਮੈਂਟ ਜਿਹੜੇ ਖੇਡੀ ਜਾਂਦੀ ਹੈ। ਲਾਦੂਲੇ ਪਾਸੇ ਇਹ ਨਾਗੋ ਕੀ ਪਿੰਡ ਦਾ ਪ੍ਰਵੀਨ, ਅੰਕ ਰਾਣੀਆਂ ਦੀ ਟੀਮ ਦੇ ਹਿੱਸੇ ਜੁੜਦਾ ਹੈ ਤੇ ਨਾਲ ਟੀਮਾਂ ਅਗਲਾ ਮੈਚ 11,000 ਰੁਪਇਆ ਜੀ ਸੋਨੀ ਚਹਿਲ ਮਲੇਸ਼ੀਆ ਸਾਡੇ ਲਖਵਿੰਦਰ ਗੱਗੀ ਜੀ ਉਹਨਾਂ ਦੇ ਭਾਣਜਾ 11,000 ਰੁਪਇਆ ਸਾਡੇ ਕਲੱਬ ਨੂੰ ਸਹਾਇਤਾ ਭੇਜਦੇ ਨੇ ਆਪਣੇ ਤੌਰ ਤੇ 71,000 ਤੋਂ ਅਲੱਗ 11,000 ਰੁਪਇਆ ਸੋਨੀ ਚਹਿਲ ਜੀ ਮਲੇਸ਼ੀਆ। ਉੱਧਰ ਸਾਡੇ ਵੀਰ NRI ਪਾ ਜਿਹਨਾਂ ਦੇ ਵੱਡੇ ਯੋਗਦਾਨ ਹੈ ਇਸ ਕਬੱਡੀ ਕੱਪ ਦੇ ਲਈ, ਸਾਰੇ ਵੀਰਾਂ ਦਾ ਪਤਾ ਤੋਂ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਐਨ ਦਿਲ ਖੋਲ ਕੇ ਦਾਨ ਪਾਇਆ। ਮਾਂ ਖੇਡ ਕਬੱਡੀ ਦੇ ਲਈ NRI ਵੀਰਾਂ ਦੀ ਵੱਡੀ ਦੇਣ ਹੈ ਕਿਉਂਕਿ ਜਿਹਨਾਂ ਨੇ ਵਿਦੇਸ਼ਾਂ ਦੇ ਵਿੱਚ ਰਹਿ ਕੇ ਮਾਂ ਖੇਡ ਕਬੱਡੀ ਨੂੰ ਉੱਚਾ ਚੁੱਕਿਆ।
हर साल पंजाब दे विच आउंदी है ते पानी बाग जिहड़ा पैसा मां खेड़ी कबड्डी दे उत्ते जिहड़ा खर्चदी है लवदले पासी मुंडा ये बालियां वाली पिंड दा बिट्टू ते अंक अपनी टीम दे हासी जोड़दा हो गया है अंक बालियां वाली दी टीम दे हासी है ते चल मुंडिया पाक कबड्डी दे पासी ये पप्पू मेरी वीर कबड्डी पारे उधर मलकीत वेटर पार्टी दा बहुत बहुत धन्यवाद करते हैं मलकीत वेटर पार्टी आलूपुर वाले का कैदले पासी जी अंक है ये रेटर का अंक मेरी वीरो पप्पू ने अपनी टीम दे हासी जुड़े ते चल मुंडिया पाक बड़ी फ्रागली कबड्डी पाउण दे लई सेव की ते गोरा सिद्धू बेट कमेटी दे मेंबर सेव की ते गोरा सिद्धू बेट कमरे विच पहुंचण ते 15,000 रुपया बलजिंदर संधू जी 15,000 रुपया बलजिंदर संधू जी ऑस्ट्रेलिया साढ़े क्लब में सहायता तो इतने में धन्यवाद कर रही बलजिंदर संधू जी ऑस्ट्रेलिया 15,000 रुपया उतले पासी नैबी काले पिंड अंक बालेमल की टीम दे हासी जुड़ता हुआ है उधर सारे दानी सजना का बहुत बहुत धन्यवाद करती है इन्होंने मेरी वीर दिल खोल के दान दिता है इस टूरनामेंट के लिए कि बंदा अमीर हो तो आपके घरे हो वो कद अमीर जिहड़ा दिंदा किसी नूं दान है नहीं जिहड़ा कड्डी नाल संबंध गुरु घर का वो दोनी गहानी प्रवान है नहीं वो ते बोलां ते असर नहीं हो सकता जिहड़ी शक जी मिट्टी जबान है नहीं पुन दान तां लखां रोज करिए खुशी देण तों वड्डा कोई दान है नहीं खुशी देण तों वड्डा कोई दान है नहीं ਇਹ ਕਹਿੰਦੇ ਸਾਰੇ ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਕਿਉਂਕਿ ਪੈਸਾ ਤਾਂ ਲੋਕਾਂ ਦੇ ਵਿੱਚ ਜਿਹੜਾ ਬਹੁਤ ਕੋਲ ਹੈ ਪਰ ਜਿਹੜਾ ਦਿਲ ਹੈ ਉਹ ਕਿਸੇ ਕਿਸੇ ਦਾ ਪੈਸਾ ਤਾਂ ਦੁਨੀਆ ਦੇ ਵਿੱਚ ਬਹੁਤ ਲੋਕਾਂ ਕੋਲ ਹੈ ਲਾਦੁਰੀ ਪਾਸੇ ਮੁੰਡਾ ਹੀ ਹੈ ਪੱਪੂ ਤੇ ਅੰਕ ਆਪਣੀ ਟੀਮ ਦੇ ਹਾਸੀ ਜੋੜਦਾ ਹੋ ਗਿਆ ਅੰਕ ਬਾਲੇਮਲ ਦੀ ਟੀਮ ਦੇ ਹਾਸੀ ਹੈ ਨਾਲ ਹੀ ਰੋੜੀ ਬੀ ਤੇ ਗੁੰਮੜਸਰ ਦੀਆਂ ਟੀਮਾਂ ਦਾ ਅਗਲਾ ਮੈਚ ਖੇਡਿਆ ਜਾਣਾ ਹੈ ਰੋੜੀ ਬੀ ਤੇ ਗੁੰਮੜਸਰ ਦੀਆਂ ਟੀਮਾਂ ਤੇ ਲਾਡੀ ਸ਼ਾਹ ਚਨੀਰ ਦਾ ਜੇਤੂ ਦੇ ਨਾਲ ਮੈਚ ਖੇਡਿਆ ਜਾਣਾ ਹੈ ਉਧਲੇ ਪਾਸੇ ਨੈਬੀ ਇਹ ਖਿਆਲੇ ਵਾਲਾ ਉਧਲੇ ਪਾਸੇ ਰਾਣੀਆਂ ਵਾਲਾ ਲੈਬੀ ਐਨ ਖੜਕਾ ਦੜਕਾ ਹੁੰਦਾ ਹੈ ਤੇ ਅੰਕ ਬਾਲਿਆਂ ਦੀ ਟੀਮ ਦੇ ਗਿਆਸੀ ਹੈ ਤੇ ਚੱਲ ਮੁੰਡਿਆ ਪਾ ਕਬੱਡੀ ਫਰਾਗਲੀ ਕਬੱਡੀ ਪਾਊਗਾ ਐਸਮੀ ਨੌਜਵਾਨ ਇਹ ਪ੍ਰਵੀਨ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਇਹ ਨਾਗੋ ਕੀ ਪਿੰਡ ਦਾ ਉਧਰ ਬਾਲਿਆਂ ਦੇ ਚਾਰ ਯਾਪੀ ਹੈ ਕਬੱਡੀ 65 ਕਿਲੋ ਭਾਰ ਵਰਗ ਦੇ ਮੈਚ ਹੈ ਤੇ ਐਸਮੀ ਦੇਖਾਂਗੇ ਮੁੰਡਾ ਬਾਲਿਆਂ ਪਿੰਡ ਦਾ ਤੇ ਇੱਕ ਪਾਸੇ ਪ੍ਰਵੀਨ ਅੰਕ ਮੇਰੀ ਵੀਰੋ ਰਾਣੀਆਂ ਦੀ ਟੀਮ ਦੇ ਹਾਸੀ ਜੁੜਦਾ ਹੈ ਅੱਜ ਸਰਦੂਲਗੜ੍ਹ ਦੀ ਧਰਤੀ ਰੌਣਕਾਂ ਲੱਗੀਆਂ ਕਬੱਡੀ ਦਾ ਗੁਲਾਬ ਖਿੜਿਆ ਤੇ ਅਗਲੇ ਪਾਸੇ ਇਹ ਪੱਪੂ ਕਬੱਡੀ ਪਰ ਹੈ ਬਾਲੇ ਵਾਲੀ ਪਿੰਡ ਦੀ ਪੱਪੂ ਦੀ ਕਬੱਡੀ ਹੈ 20 ਤੇ 21 ਤਰੀਕ ਨਫੀਰ ਦਾ ਕਬੱਡੀ ਕੱਪ ਹੈ ਸਰਦਾਰ ਹਰਿੰਦਰ ਸਿੰਘ ਜੀ ਚਾਲ ਰਿਟਾਇਰਡ ਈ ਆਈ ਜੀ ਆਪ ਸਭ ਲਈ ਖੁੱਲੇ ਸੱਦੇ ਪੱਤਰ ਭੇਜ ਰਿਹਾ 21 ਤਰੀਕ ਨੂੰ ਨਫੀਰ ਵਿੱਚ ਰੌਣਕਾਂ ਲੱਗਣਗੀਆਂ ਸਾਰੀ ਸੰਗਤ ਦੇ ਲਈ ਸਾਰੇ ਖਿਡਾਰੀਆਂ ਦੇ ਲਈ ਖੁੱਲੇ ਸੱਦੇ ਹੈ ਵੀ ਆਪਾਂ ਵੱਡੀ ਗਿਣਤੀ ਵਿੱਚ ਪੁੱਜਣਾ ਹੈ ਲਾਗਲੀ ਕਬੱਡੀ ਗਿਆਨੀ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਉਧਰ ਚਾਰ ਯਾਪੀ ਸਾਹਮਣਾ ਕਰਦੇ ਆ ਬਾਲੇਮਲੀ ਪਿੰਡ ਦੇ ਆ ਤੇ ਕਿਹੜਾ ਨੌਜਵਾਨ ਜੱਫਾ ਲਾਊਗਾ ਐਸਮੀ ਪਈ ਹੋਈ ਕਬੱਡੀ ਹੈ ਨਾਲ ਹੀ ਰੋੜੀ ਬੀ ਤੇ ਗੁੰਮੜਸਰ ਦੀਆਂ ਟੀਮਾਂ ਦਾ ਅਗਲਾ ਮੈਚ ਖੇਡਿਆ ਜਾਣਾ ਹੈ ਰੋੜੀ ਬੀ ਤੇ ਗੁੰਮੜਸਰ ਦੀਆਂ ਟੀਮਾਂ ਲਾਡੀ ਸ਼ਾਹ ਚਨੀਰ ਤੇ ਜੇਤੂ ਤੇ ਨਾਲ ਕਬੱਡੀ 72 ਕਿਲੋ ਭਾਰ ਵਰਗ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਬਈ 2 ਮਿੰਟ ਦਾ ਸਮਾਂ ਹੈ ਉਧਰ ਸਾਡੇ ਵੀਰ ਆਖ ਰਿਹਾ ਵੀ 12 ਟੀਮਾਂ ਐਂਟਰ ਹੋ ਚੁੱਕੀਆਂ ਤੇ 16 ਟੀਮਾਂ ਐਂਟਰ ਕਰਨੀਆਂ 4 ਟੀਮਾਂ ਹੋਰ ਐਂਟਰ ਕਰਨੀਆਂ ਉਸ ਤੋਂ ਬਾਅਦ ਕੋਈ ਟੀਮ ਐਂਟਰ ਨਹੀਂ ਕੀਤੀ ਜਾਵੇਗੀ ਇਹ ਸਾਡੇ ਕਲੱਬ ਦਾ ਫੈਸਲਾ ਤੇ ਚੱਲ ਮੁੰਡਿਆ ਪਾ ਕਬੱਡੀ ਉਧਰ ਗੁਰਚਰਨ ਸਾਊਂਡ ਸਰਵਿਸ ਫੱਤਾ ਮਾਲਕ ਇਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੜੀ ਪਿਆਰੀ ਆਵਾਜ਼ ਬਖਸ਼ੀ ਹੈ ਗੁਰਚਰਨ ਸਾਊਂਡ ਸਰਵਿਸ ਫੱਤਾ ਮਾਲਕ ਲਾਦਰੀ ਪਾਸੇ ਮੁੰਡਾ ਖੇਡ ਮੈਦਾਨ ਵਿੱਚ ਕਬੱਡੀ ਪਰ ਐਸਮੀ ਪਈ ਹੈ ਕਬੱਡੀ ਉਧਰ 4 ਜਿਹੜੀ ਜਾਪੀ ਹੈ ਇਹ ਬਾਲੇਮਲ ਦੀ ਟੀਮ ਹੈ ਪੰਜਾਬ ਦੇ ਵਿੱਚ ਫੁੱਲ ਚਰਚੇ ਹੈ ਇਹ ਬਿੱਟੂ ਬਾਲੇਮਲੀ ਪਿੰਡ ਦਾ
ਅੱਜ ਦੀ ਤਰੀਕ ਦਾ ਕਹਿੰਦੇ ਐਨ ਸ੍ਰੀ ਦਾ ਯਾਪੀ ਹੈ ਪਰ ਪ੍ਰਵੀਨ ਅੰਕ ਆਪਣੀ ਟੀਮ ਦੇ ਖਾਸੀ ਜੋੜ ਤਾਂ ਹੋਏ ਹੈ ਉੱਧਰ ਕਬੱਡੀ 365 .com ਪੂਰੀ ਵਰਲਡ ਦੇ ਵਿੱਚ ਜਿਹੜਾ ਲਾਈਵ ਕਰਦੀ ਹੈ ਅੱਜ ਦੇ ਕਬੱਡੀ ਕੱਪ ਦਾ ਸਰਦੂਲਗੜ੍ਹ ਦੀ ਕਬੱਡੀ ਕੱਪ ਦਾ ਦੱਸ ਦੋ ਪਾਸੇ ਮੁੰਡਾ ਪਾ ਕਬੱਡੀ ਇਹ ਹੈ ਪੱਪੂ ਅੰਕ ਆਪਣੀ ਟੀਮ ਦੇ ਹਾਸੀ ਜੋੜ ਤਾਂ ਹੋਏ ਹੈ ਤੇ ਚੱਲ ਮੁੰਡਿਆ ਪਾ ਕਬੱਡੀ ਲਾਉਦਲੇ ਪਾਸੇ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ ਉੱਧਰ ਯਾਪੀ ਸਾਹਮਣਾ ਕਰਦੀ ਹੈ ਗਿਆਨੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਰਾਣੀਆਂ ਦੀ ਟੀਮ ਦਾ ਖਿਡਾਰੀ ਹੈ ਉੱਧਰ ਪਾਲਿਆ ਵਾਲੀ ਪਿੰਡ ਦਾ ਨੌਜਵਾਨ ਪਰ ਅੰਕੜਾ ਅਸਮੀ ਇਹ ਰਾਣੀਆਂ ਦੀ ਟੀਮ ਦੇ ਹਿੱਸੇ ਹੈ ਚੱਲ ਵੀ ਖਿਆਲੇ ਵਾਲੇ ਪਾ ਕਬੱਡੀ ਇਹ ਹੈ ਨੈਬੀ ਖਿਆਲੇ ਪਿੰਡ ਦਾ ਮੇਰੀ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਉੱਧਰ ਚਾਰ ਯਾਪੀ ਹੈ ਨੈਬੀ ਦੀ ਕਬੱਡੀ ਹੈ ਤੇ ਅੰਕ ਮੇਰੀ ਵੀਰੋ ਆਪਣੀ ਟੀਮ ਦੇ ਹਾਸੀ ਜੋੜ ਤਾਂ ਹੋਏ ਨੌਜਵਾਨ ਤੇ ਚੱਲ ਮੁੰਡੀ ਆਪਾਂ ਕਬੱਡੀ ਫਰਾਗਲੀ ਕਬੱਡੀ ਪਾਊਗਾ ਇਹ ਅਸਮੀ ਨੌਜਵਾਨ ਖੇਡ ਮੈਦਾਨ ਦੇ ਵਿੱਚ ਪ੍ਰਵੀਨ ਦੀ ਕਬੱਡੀ ਹੈ ਪੰਜਾਬ ਦੀ ਧਰਤ ਹੈ ਮਾਲਵੇ ਦੀ ਧਰਤ ਹੈ ਕਿ ਧਰਤੀ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਗਿੱਧੇ ਭੰਗੜਿਆਂ ਦੀ ਇੱਥੇ ਕ੍ਰੀਤ ਪੁਰਾਣੀ ਹੈ ਧਰਤੀ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਅੱਜ ਮਾਲਵੇ ਦੀ ਧਰਤ ਹੈ ਸਰਦੂਲਗੜ੍ਹ ਦੀ ਮੇਰੀ ਵੀਰ ਧਰਤੀ ਹੈ ਜ਼ਿਲ੍ਹਾ ਮਾਨਸਾ ਦੇ ਨਗਰ ਦੇ ਵਿੱਚ ਰੱਗੀਆਂ ਹੋਈਆਂ ਰੌਣਕਾਂ ਤੇ ਉਧਰਲੇ ਪਾਸੇ ਅੰਕ ਯਾਪੀ ਦਾ ਤੇ ਚੱਲ ਮੁੰਡਿਆ ਪਾ ਕਬੱਡੀ ਫਰਾਗਲੀ ਕਬੱਡੀ ਨੌਜਵਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਉੱਧਰ ਚਾਰ ਜਿਹੜੀ ਯਾਪੀ ਅੱਜ ਮਾਨਸਾ ਦੇ ਵਿੱਚ ਰੌਣਕਾਂ ਕਹਿੰਦੇ ਫੀਟਰ ਜਿਹੜੀ ਦੀ ਜਿਹੜੀ ਖੋਜ ਆ ਉਹ ਵੀ ਮਾਨਸਾ ਵਾਲਿਆਂ ਨੇ ਕੀਤੀ ਹੈ ਪਹਿਲਾ ਫੀਟਰ ਕਹਿੰਦੇ ਭਿੱਖੀ ਦੇ ਵਿੱਚ ਬਣਿਆ ਪਰ ਜਿਹੜੀ ਕਾਮਯਾਬੀ ਉਹ ਸਰਦੂਲਗੜ੍ਹ ਦੇ ਵਿੱਚ ਆ ਕੇ ਫੜੀ ਹੈ ਤੇ ਚੱਲ ਮੁੰਡਿਆ ਪਾ ਕਬੱਡੀ ਅੱਜ ਸਰਦੂਲਗੜ੍ਹ ਦੇ ਵਿੱਚ ਰੌਣਕਾਂ ਤੇ ਚੱਲ ਅਸਮੀ ਨੌਜਵਾਨ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਉੱਧਰ ਚਾਰ ਜਿਹੜੀ ਯਾਪੀ ਹੈ ਦੀਪ ਜੀ ਅਗਲੀਆਂ ਟੀਮਾਂ ਸੱਦਿਓ ਕਿਹੜੀਆਂ ਨੇ ਦੀਪ ਨਸੇਹਾ ਜੀ ਨਾਲ ਹੀ ਟੀਮ ਰੋੜੀ ਬੀ ਤੇ ਗੁੰਮੜਸਰ ਦੀਆਂ ਟੀਮਾਂ ਦਾ ਮੈਚ ਖੇਡਿਆ ਜਾਣਾ ਰੋੜੀ ਬੀ ਤੇ ਗੁੰਮੜਸਰ ਦੀਆਂ ਟੀਮਾਂ ਦਾ ਲਾਉਦਲੇ ਪਾਸੇ ਦੇਖਾਂਗੇ ਮੁੰਡਾ ਖੇਡ ਮੈਦਾਨ ਦੇ ਵਿੱਚ ਉੱਧਰ ਭੋਲਾ ਭੁੱਖਿਆ ਮਾਲੀ ਵਾਲਾ ਸੇਵਾਦਾਰ ਉਹਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਲਾਉਦਲੇ ਪਾਸੇ ਅੰਕ ਰੇਡਰ ਦਾ ਤੇ ਚੱਲ ਮੁੰਡਿਆ ਪਾ ਕਬੱਡੀ ਹੈ ਨਾਗੋ ਕੀ ਪਿੰਡ ਦਾ ਪ੍ਰਵੀਨ ਆਸਮੀ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਦੀਪ ਜੀ ਅਗਲੀਆਂ ਟੀਮਾਂ ਸੱਦ ਲਓ ਇਹਦੇ ਵਿੱਚੋਂ ਬਾਲਿਆ ਮਾਲੀ ਦੀ ਟੀਮ ਨੇ ਮੁਕਾਬਲਾ ਜਿੱਤ ਲਿਆ ਬਾਲਿਆ ਮਾਲੀ ਦੀ ਟੀਮ ਇਸ ਮੁਕਾਬਲੇ ਦੀ ਜਿੱਤ ਵਾਲਿਆਂ ਦੀ ਲਾਭੀ ਗੜਾ ਨੋਟ ਕਰ ਲਈ ਤੇ ਨਾਲ ਹੀ ਟੀਮ ਇਸ ਤੋਂ ਬਾਅਦ ਰੋੜੀ ਬੀ ਤੇ ਗੁੰਮੜਸਰ ਦੀਆਂ ਟੀਮਾਂ ਆ ਜਾਣ ਰੋੜੀ ਬੀ ਤੇ ਗੁੰਮੜਸਰ ਦੀਆਂ ਟੀਮਾਂ ਰੋੜੀ ਬੀ ਤੇ ਗੁੰਮੜਸਰ ਦੀਆਂ ਟੀਮਾਂ ਨੂੰ ਸਾਡੀ ਲਾਸਟ ਕੌਲ ਹੈ ਰੋੜੀ ਬੀ ਤੇ ਗੁੰਮੜਸਰ ਦੀਆਂ ਟੀਮਾਂ ਲਾਡੀ ਸ਼ਾਹ ਚਲੀਰ ਤੇ ਬਾਲੇਮਲ ਦਾ ਟੀਮ ਦਾ ਜਿਹੜਾ ਮੈਚ ਹੈ ਉਹ ਖੇਡਿਆ ਜਾਣਾ ਰੋੜੀ ਤੇ ਗੁੰਮੜਸਰ ਦੀਆਂ ਟੀਮਾਂ ਆ ਜਾਣ ਰੋੜੀ ਬੀ ਤੇ ਗੁੰਮੜਸਰ ਦੀਆਂ ਟੀਮਾਂ ਲਾਡੀ ਸ਼ਾਹ ਚਨੀਰ ਦਾ ਮੈਚ ਹੋ ਜਿਹਾ ਖੇਡਿਆ ਜਾਣਾ ਬਾਲਿਆ ਮਲ ਦੀ ਟੀਮ ਦੇ ਨਾਲ ਖੇਡਿਆ ਜਾਣਾ ਸਾਡੇ ਅਤਿ ਸਤਿਕਾਰ ਅਤੇ ਸਨਮਾਨ ਜੋ ਸਰਦਾਰ ਮਿੱਠੂ ਸਿੰਘ ਜੀ ਦੰਦੀਵਾਲ ਸਾਡੇ ਸਟੇਜ ਤੇ ਪਹੁੰਚ ਰਹੇ ਹਨ ਉਹਨਾਂ ਨੂੰ ਕੁਲਵਿੰਦਰ ਸਿੰਘ ਜੀ ਸੰਧੂ ਸਾਬਕਾ ਕਲੱਬ ਪ੍ਰਧਾਨ ਨੈਬ ਸਿੰਘ ਜੀ ਨੈਬਾ ਗੁਰਜਨ ਸਿੰਘ ਜੀ ਜੰਟਾ ਸਰਦਾਰ ਮਿੱਠੂ ਸਿੰਘ ਜੀ ਦੰਦੀਵਾਲ ਉਹਨਾਂ ਦਾ ਅਸੀਂ ਪਹੁੰਚਣ 'ਤੇ ਕਲੱਬ ਵੱਲੋਂ ਅਤੇ ਆਪਣੇ ਵੱਲੋਂ ਧੰਨਵਾਦ ਜੀ ਅਗਲੀ ਗੱਲ ਦੀਪ ਨਸੇਹਾ ਜੀ ਖਿਡਾਰੀਆਂ ਨੂੰ ਬੇਨਤੀ ਆ ਕਿ ਵੀਰੇ ਟੀ ਸ਼ਰਟਾਂ ਸ਼ਰਟ ਲਾ ਕੇ ਬਾਹਰ ਜਾਇਆ ਕਰੋ ਸਰਦਾਰ ਮਿੱਠੂ ਸਿੰਘ ਜੀ ਦੰਦੀਵਾਲ ਉਹਨਾਂ ਦੇ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ ਜੀ ਅਗਲੀ ਗੱਲ ਸਾਡੀ ਬੜੀ ਮਿੱਠੀ ਆਵਾਜ਼ ਮੇਰੀ ਮਨਾਟ ਦੀਪ ਨਸੇਹਾ ਜੀ
ਰੇਸੂ ਜੋਧੇ ਦੀ ਟੀਮ ਕਬੱਡੀ 72 ਕਿਲੋ ਦੀ ਐਂਟਰੀ ਕਮੇਟੀ ਕੋਲੇ ਆ ਕੇ ਸੰਪਰਕ ਕਰ ਲਵੇ। ਰੇਸੂ ਜੋਧੇ ਦੀ ਟੀਮ ਰੋੜੀ ਦੀ ਟੀਮ ਆ ਗਈ ਹੈ ਤੇ ਗੁਮਰਸਰ ਦੀ ਟੀਮ ਜਲਦੀ ਪੁੱਜ ਜਾ ਬਈ। ਗੁਮਰਸਰ ਦੀ ਟੀਮ ਨੂੰ ਮੇਰੀ ਰੋੜੀ ਦੀ ਟੀਮ ਆ ਗਈ ਹੈ ਤੇ ਨਾਲ ਹੀ ਲਾਡੀ ਸ਼ਾਹ ਚਰੀਰ ਦਾ ਮੈਚ ਜਿਹੜਾ ਬਾਲਿਆਮਲ ਦੀ ਟੀਮ ਦੇ ਨਾਲ ਖੇਡਿਆ ਜਾਣਾ ਹੈ। ਲਾਡੀ ਸ਼ਾਹ ਚਨੀਰ ਤੇ ਬਾਲਿਆਮਲ ਦੀ ਟੀਮ ਦਾ ਮੈਚ ਹੈ, ਉਹ ਤੋਂ ਬਾਅਦ ਖੇਡਿਆ ਜਾਣਾ। ਲੈ ਵੀ ਲਾਬੀ 72 ਵਾਲੀਆਂ ਟੀਮਾਂ ਮੈਚ ਵਧੀਆ ਖੇਡਿਆ ਜਾਣਾ ਦੋਨੋਂ ਟੀਮਾਂ ਦਾ ਤੇ ਨਾਲ ਕਬੱਡੀ 72 ਕਿਲੋ ਭਾਰ ਵਰਗ ਦੀਆਂ ਟੀਮਾਂ ਦੀ ਤਾਲੀਆਂ ਪਾਉਣ ਲੱਗੀਆਂ 72 ਕਿਲੋ ਭਾਰ ਵਰਗ ਦੀਆਂ ਟੀਮਾਂ। ਤੇ ਨਾਲ ਹੀ ਜਿਨ੍ਹਾਂ ਦੀ ਵੇਟ ਕਮੇਟੀ ਦੇ ਵਿੱਚ ਡਿਊਟੀ ਹੈ ਵੀਰੇ, ਹੱਥ ਬੰਨ ਕੇ ਬੇਨਤੀ ਹੈ ਉਹੀ ਬੰਦੇ ਰਹਿਣ, ਦੂਜਾ ਬੰਦਾ ਕੋਈ ਵੀ ਦਖਲ ਅੰਦਾਜ਼ੀ ਨਾ ਦੇਵੇ। ਇਹ ਸਾਡੀ ਕਮੇਟੀ ਆਖਰੀ ਹੈ। ਨਾਲ ਹੀ ਹੁਣ ਮੈਚ ਜਿਹੜਾ ਖੇਡਿਆ ਜਾਣਾ, ਜਿਹੜੀ ਟੀਮ ਗੁੰਮੜਸਰ ਦੀ ਹੈ ਉਹ ਆਦਰ ਸ਼ਹਿਰ ਵਾਲੀ ਸ਼ਹਿਰ ਟੀਮ ਹੈ ਗੁੰਮੜਸਰ, ਤੇ ਦੂਜੇ ਪਾਸੇ ਜਿਹੜੀ ਟੀਮ ਹੈ ਉਹ ਟੀਮ ਜਿਹੜੀ ਖੇਡਦੀ ਹੈ ਘਾਗਰ ਦਰਿਆ ਵਾਲੀ ਸ਼ਹਿਰ ਰੋੜੀ ਦੀ ਟੀਮ ਹੈ। ਤੇ ਮੈਚ ਵਧੀਆ ਖੇਡਿਆ ਜਾਣਾ। ਉੱਧਰ ਮੰਚ ਦੇ ਉੱਤੇ ਜਿੰਨੀਆਂ ਸਤਿਕਾਰਯੋਗ ਸ਼ਖਸੀਅਤਾਂ ਬੈਠੀਆਂ ਆਪਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜੀਆਂ ਨੂੰ ਆਖਦੇ ਹਾਂ ਜਿੰਨੇ ਵੀ ਦਰਸ਼ਕ ਵੀਰ ਪੁੱਜੇ ਆ, ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਮਾਂ ਖੇਡ ਕਬੱਡੀ ਦੇ ਮੈਚ ਵੇਖਣ ਦੇ ਲਈ ਪੁੱਜੇ ਆ। ਮਾਂ ਖੇਡ ਕਬੱਡੀ ਨੂੰ ਸੱਚੇ ਦਿਲੋਂ ਪਿਆਰ ਕਰਦੇ ਆ, ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਲੈ ਵੀ ਪਹਿਲੀ ਕਬੱਡੀ ਕਿਸ ਨੇ ਪਾਉਣੀ ਹੈ ਤੇ ਪਾਓ ਪਹਿਲੀ ਕਬੱਡੀ, ਪਹਿਲੀ ਕਬੱਡੀ ਕਿਹਨੇ ਪਾਉਣੀ ਹੈ ਤੇ ਪਾਓ ਪਹਿਲੀ ਕਬੱਡੀ, ਕਿ ਜਿਹੜਾ ਤੀਰ ਨਿਸ਼ਾਨੋਂ ਖੁੰਝ ਜੇ ਉਹ ਕਾਹਦਾ ਹਥਿਆਰ, ਉਹਦੀ ਜਿੱਤ ਹਮੇਸ਼ਾ ਦੋਸਤੋ, ਜਿਹੜਾ ਪਹਿਲਾਂ ਕਰਜੇ ਬਾਹਰ, ਜਿਹੜਾ ਪਹਿਲਾਂ ਕਰਜੇ ਬਾਹਰ। ਲਾਦਰ ਰੋੜੀ ਵਾਲੇ ਦੇ ਹਿੱਸੇ ਪਹਿਲੀ ਕਬੱਡੀ ਆਈ ਹੈ। ਇਹ ਆਸਵੇਂ ਦੀਪ ਰੋੜੀ ਵਾਲਾ ਮੇਰੇ ਵੀਰੇ ਸਰਨਾਮੀਆਂ ਮੁੰਡਾ ਕਬੱਡੀ ਪਾ ਰਿਹਾ। ਉੱਧਰ ਡਬਲ ਟੱਚ ਹੈ ਦਿਆਲਪੁਰੀ ਵਾਲਾ ਸਾਡਾ ਵੀਰ ਫੈਸਲਾ ਕਰਦਾ ਤੇ ਅੰਕ ਰੋੜੀ ਦੀ ਟੀਮ ਦੇ ਹਿੱਸੇ ਹੈ। ਤੇ ਆਹ ਮੁੰਡੇ ਦਾ ਪਿੰਡ ਕਹਿੰਦੇ ਤੁੰਗ ਵਾਲੀ ਪਿੰਡ ਹੈ, ਵੀਰਾ ਤੁੰਗ ਵਾਲੀ ਆ, ਆਪਣੇ ਸਮੇਂ ਦਾ ਪ੍ਰਸਿੱਧ ਖਿਡਾਰੀ ਰਿਹਾ ਲਾਓਸੀ ਦਾ ਭਤੀਜਾ, ਇਹ ਹੈ ਗੱਗੂ ਤੁੰਗ ਵਾਲੀ ਪਿੰਡ ਦਾ। ਗੁੰਮੜਸਰ ਦੀ ਟੀਮ ਕਹਿੰਦੀ ਉਹ ਰੋੜੀ ਦੀ ਟੀਮ ਦੇ ਉੱਤੇ ਇਤਰਾਜ ਲੱਗਿਆ। ਇਹ ਆ ਰੋੜੀ ਵਾਲਾ ਪੁਰੀ ਖੇਡ ਮੈਦਾਨ ਵਿੱਚ ਕਬੱਡੀ ਖੇਡ ਰਿਹਾ। ਇੱਕ ਮਿੰਟ, ਸਰਦਾਰ ਮੰਦਰ ਸਿੰਘ ਜੀ ਮੀਰਪੁਰ,
ਮੀਰ ਤਲਕਰਾਂ ਸਰਦਾਰ ਮੰਦਰ ਸਿੰਘ ਜੀ ਤੇ ਉਹਦੇ ਨਾਲ ਕੁਝ ਹੋਰ ਮਹਿਮਾਨ ਹੈ ਉਹਨਾਂ ਨੂੰ ਬੇਨਤੀ ਹੈ ਵੀ ਸਟੇਜ 'ਤੇ ਪਹੁੰਚਣ ਦੀ ਕਿਰਪਾਲਤਾ ਕਰਨ ਸਰਦਾਰ ਮੰਦਰ ਸਿੰਘ ਜੀ ਮੀਰਪੁਰ ਸਾਡੇ ਕਲੱਬ ਪ੍ਰਧਾਨ ਚਾਨਣ ਸਿੰਘ ਜੀ ਸੰਧੂ ਜਗਰੂਪ ਗੜਾ ਕੁਲਵਿੰਦਰ ਸੰਧੂ ਕਾਲਾ ਜੱਕਾ ਉਹਨਾਂ ਨੂੰ ਰਿਸੀਵ ਕਰਕੇ ਲੈ ਕੇ ਆਉਣਗੇ ਮੰਦਰ ਸਿੰਘ ਜੀ ਮੀਰਪੁਰ ਚੱਲ ਆਸਮੀ ਦੀਪ ਫਿਰ ਕਬੱਡੀ ਪਰ ਕਿ ਜੜ ਤੇ ਜੋਰ ਜਵਾਨੀ ਦਾ ਬਾਹਲਿਆਂ ਉੱਤੇ ਬਾਜ ਖਣਵਾਇਆ ਪਰ ਦੁੱਧ ਦੇ ਛੰਨੇ ਪੀ ਇੱਕ ਵਿੱਚ ਜੋਰ ਸ਼ੇਰ ਤੇ ਆਇਆ ਲੱਗ ਕੇ ਡੰਡ ਲੋਹਾ ਬਣ ਗਿਆ ਤੋੜੀ ਪੱਥਰਾਂ ਨੂੰ ਹਰ ਖੱਟੀ ਚੋਬਰ ਹੋ ਗਿਆ ਪੁੱਤ ਜੱਟ ਦਾ ਚੁੰਗ ਕੇ ਬੂੜੀਆਂ ਖੇਡ ਕਬੱਡੀ ਚੋਬਰ ਹੋ ਗਿਆ ਪੁੱਤ ਜੱਟ ਦਾ ਚੁੰਗ ਕੇ ਬੂੜੀਆਂ ਖੇਡ ਕਬੱਡੀ ਅੱਜ ਦੇਖਾਂਗੇ ਇਹ ਚੋਬਰਾਂ ਦੀ ਖੇਡ ਕਬੱਡੀ ਹੈ ਚਾਦਰ ਪਾਸੀ ਮੁੰਡਾ ਕਬੱਡੀ ਪਰ ਹੈ ਇਹ ਗੱਗੂ ਤੰਗ ਵਾਲੀ ਪਿੰਡ ਦਾ ਮੇਰੀ ਵੀਰੋ ਅੰਮ੍ਰਿਤ ਇਸ ਖੇਡ ਮੈਦਾਨਾਂ ਦੀ ਕਦੇ ਸ਼ਾਨ ਰਿਹਾ ਪਰ ਹੁਣ ਦੁਨੀਆਂ ਤੇ ਨਹੀਂ ਰਿਹਾ ਉਹਨਾਂ ਦੀ ਰੂਹ ਹੈ ਉਹ ਜਿਹੜੀ ਸਾਡੇ ਵਿੱਚ ਘੁੰਮਦੀ ਹੈ ਸਭ ਤੋਂ ਤੇਜ਼ ਖਿਡਾਰੀ ਸੀ ਅੰਮ੍ਰਿਤਪਾਲ ਤੁੰਗ ਵਾਲੀ ਪਿੰਡ ਦਾ ਲੱਦ ਰੋੜੀ ਵਾਲਾ ਮੇਰੀ ਵੀਰੋ ਆਸਮੇ ਖੇਡ ਮੈਦਾਨ ਦੇ ਵਿੱਚ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਇੱਕ ਮਿੰਟ ਸਾਡੇ ਕਲੱਬ ਦੇ ਗੁਰਨਾਮ ਬੀਓ ਜੀ ਗੁਰਨਾਮ ਬੀਓ ਤੇ ਕਾਲਾ ਜੱਕਾ ਵੀ ਤੁਹਾਡੀ ਡਿਊਟੀ ਹੈ ਜਿਹੜੀ ਆ ਬੰਦੇ ਬਾਹਰ ਸਟੇਜ ਦੇ ਅੰਦਰ ਆ ਗਏ ਜਾਲ ਕੋਏ ਇਹਨਾਂ ਨੂੰ ਕਿਰਪਾ ਕਰਕੇ ਹੱਥ ਬੰਨ ਕੇ ਬਾਹਰ ਭੇਜਣ ਦੀ ਕਿਰਪਾਲਤਾ ਕਰੋ ਜੀ ਕਾਲਾ ਜੱਕਾ ਗੁਰਨਾਮ ਬੀਓ ਨਿੰਦਾ ਹਿੰਦਾ ਗੜਾ ਤੇ ਜਗਰੂਪ ਗੜਾ ਵੀ ਗੇਟਾਂ ਤੇ ਉਦੋਂ ਆ ਜਿਹੜੇ ਬੰਦੇ ਅੰਦਰ ਆ ਰਹੇ ਨੇ ਇਹਨਾਂ ਸਾਰਿਆਂ ਨੂੰ ਬਾਹਰ ਕਰ ਦਿਓ ਜੀ ਲਾਉਤਲੇ ਪਾਸੇ ਪਾ ਕਬੱਡੀ ਨੌਜਵਾਨੀ ਹੈ ਪੂਰੀ ਤਿਆਂਕ ਆਪਣੀ ਟੀਮ ਦੇ ਹਾਸੀ ਜੁੜਦਾ ਹੋ ਗਿਆ ਤੇ ਚੱਲ ਮੁੰਡੀਆ ਪਾ ਕਬੱਡੀ ਫਿਰ ਅਗਲੀ ਕਬੱਡੀ ਪਾਊਗਾ ਇਹ ਨੌਜਵਾਨ ਖੇਡ ਮੈਦਾਨ ਦੇ ਵਿੱਚ ਅੰਮ੍ਰਿਤਸਰ ਪਿੰਡ ਦਾ ਹੈਲੋ ਕਾਲੇ ਜੱਕੇ ਇਹ ਵੀ ਆ ਸਾਰੇ ਬਾਹਰ ਕਰ ਦਿਓ ਜਿਹੜੇ ਅੰਦਰ ਕੱਪੜੇ ਵਾਲੇ ਨੇ ਗੁਰਨਾਮ ਵੀ ਉਹ ਨਾਲ ਆ ਜਿਹੜੇ ਬੱਚੇ ਖੜੇ ਨੇ ਸਾਰੇ ਇਹਨਾਂ ਨੂੰ ਬਾਹਰ ਕਰ ਦਿਓ ਤੇ ਜਿਹੜੇ ਉਹਦੇ ਖੜੇ ਨੇ ਉਹਨਾਂ ਨੂੰ ਸਟੇਜ ਤੇ ਬਿਠਾ ਦਿਓ ਇੱਥੇ ਅੰਦਰ ਨਾ ਕੋਈ ਵੀ ਆਵੇ ਸਟੇਜ ਤੇ ਬਿਠਾ ਦਿਓ ਹਾਂਜੀ ਲੱਖਾ ਭੂੰਦੜ ਤੇ ਭੋਲਾ ਭੂੰਦੜ ਸਾਡੇ ਕਲੱਬ ਨੂੰ 1100 1100